ਸਾਰੀ ਸੰਗਤ ਦਾ ਜੋ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਡਟੇ ਪਏ ਜੇ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਦਾ ਸਹਿਯੋਗ ਦੇਣ ਲਈ ਇਸ ਪੰਡਾਲ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਪ ਜੀ ਦੇ ਅੱਗੇ ਸਿਰ ਚੁੱਕਦਾ ਹੈ। ਬਹੁਤ ਧੰਨਵਾਦ ਕਰਦੇ ਹਾਂ ਲਾਈਵ ਵਾਲੇ ਵੀਰਾਂ ਦਾ ਜੋ ਸਾਡੀ ਆਵਾਜ਼ ਜਿਹੜੀ ਹੈ ਦੇਸਾਂ ਵਿਦੇਸਾਂ ਵਿੱਚ ਪਹੁੰਚਾ ਰਹੇ ਨੇ, ਜਿਹਦੇ ਵਿੱਚ ਪੁੱਲਰ ਟੀਵੀ, ਸਿੱਖ ਐਮਜ ਟੀਵੀ, ਨਗਾਰਾ ਟੀਵੀ, ਆਵਾਜ਼ ਕੌਮ ਟੀਵੀ ਅਤੇ ਬਹੁਤ ਸਤਿਕਾਰਯੋਗ ਸਾਡੇ ਪੈਰੀ ਸਰਪੰਚ ਜੀ, ਜੋ ਸਿੱਖ ਸੰਗਤ ਟੀਵੀ ਜੋ ਇੱਥੇ ਪਹਿਲੇ ਦਿਨ ਤੋਂ ਹੀ ਇੱਥੇ ਹਾਜ਼ਰੀ ਭਰ ਰਹੇ ਨੇ, ਸਾਡੀ ਆਵਾਜ਼ ਪਹੁੰਚਾ ਰਹੇ ਨੇ, ਅਕਾਲ ਚੈਨਲ, ਸਿੱਖ ਟੀਵੀ, ਇਹ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਨੇ ਵੀਰ ਜਿਹੜੇ ਸਾਡੀ ਆਵਾਜ਼ ਇੱਥੋਂ ਦੀ ਦੇਸਾਂ ਵਿਦੇਸਾਂ ਵਿੱਚ ਪਹੁੰਚਾ ਰਹੇ ਨੇ, ਇਹਨਾਂ ਦੇ ਨਾਂ 'ਤੇ ਇੱਕ ਜੈਕਾਰਾ ਲਾ ਦਈਏ ਜੀ। ਬੋਲੇ ਸੋਨਿਹਾਲ, ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ। ਸਟੇਟ ਦੀ ਕਾਰਵਾਈ ਕਰਦਿਆਂ ਸਾਡੇ ਵੀਰਾਂ ਦੇ ਕੋਲੋਂ ਕਿਸੇ ਦੇ ਖਿਲਾਫ਼ ਬੋਲਿਆ ਗਿਆ ਹੋਵੇ, ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਚਾਹੇ ਕਿਸਾਨ ਸੰਯੁਕਤ ਮੋਰਚੇ ਤੋਂ ਇਲਾਵਾ ਕੋਈ ਆਪਣੇ ਮੁੱਦੇ ਦੀ ਗੱਲ ਕਰ ਗਿਆ ਹੈ ਅਤੇ ਕਿਸਾਨ ਸੰਯੁਕਤ ਮੋਰਚਾ ਦੀ ਨਿਖੇਧੀ ਕਰਦਾ ਹੈ, ਆਪ ਜੀ ਦੇ ਰੱਬ ਵਰਗੀਆਂ ਸੰਗਤਾਂ ਕੋਲ ਅਸੀਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਇਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਹਿਣਾ, ਫਿਰ 5 ਵਜੇ ਤੋਂ ਲੈ ਕੇ ਠੀਕ 7 ਵਜੇ ਤੱਕ ਸਟੇਟ ਦੀ ਚੱਲੇਗੀ, ਜਿਹਦੇ ਵਿੱਚ 2 ਘੰਟੇ ਸਿਰਫ ਉਸ ਮਾਲਕ ਦੇ ਨਾਂ ਦੇ ਨਾਲ ਜੁੜਿਆ ਜਾਵੇਗਾ। ਬਹੁਤ ਬਹੁਤ ਧੰਨਵਾਦ ਹੈ ਆਪ ਜੀ ਨੇ ਫਿਰ 5 ਵਜੇ ਇੱਥੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।